ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਮੇਰੇ YouTube ਚੈਨਲ ਦੇ ਵਿੱਚ। ਅੱਜ ਆਪਾਂ ਮਿਸਟੇਕਸ ਕੱਢਾਂਗੇ ਮੂਵੀ ਦੇ ਟਾਈਟਲ ਟਰੈਕ ਲੌਂਗ ਲਾਚੀ ਅਤੇ ਨਿੰਜਾ ਦੇ ਨਿਊ ਸੌਂਗ ਚੈਲੇਂਜ ਦੀਆਂ। ਇਸ ਵੀਡੀਓ ਦੀ ਫਰਮਾਇਸ਼ ਕੀਤੀ ਸੀ ਨੈਨਸੀ ਗੁਪਤਾ ਅਤੇ ਹੁਸ਼ਿਆਰ ਸਿੰਘ ਨੇ। ਇਹ ਵੀਡੀਓ ਸਿਰਫ ਫਨ ਲਈ ਹੈ, ਇਸ ਨੂੰ ਪਰਸਨਲੀ ਨਾ ਲਿਆ ਜਾਵੇ। ਅੱਗੇ ਲੱਗਿਆ ਹੋਇਆ ਡਿਸਕਲੇਮਰ ਚੰਗੀ ਤਰ੍ਹਾਂ ਪੜ੍ਹ ਕੇ ਹੀ ਵੀਡੀਓ ਨੂੰ ਵੇਖੋ। ਜ਼ਿਆਦਾ ਟਾਈਮ ਨਾ ਲੈਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜਦੋਂ ਵੀਡੀਓ ਸਟਾਰਟ ਹੁੰਦੀ ਹੈ ਤਾਂ ਨੀਰੂ ਬਾਜਵਾ ਅਜੀਤ ਅਖਬਾਰ ਪੜ੍ਹ ਰਹੀ ਹੁੰਦੀ ਹੈ, ਪਰ ਜਦੋਂ ਹੀ ਕੈਮਰੇ ਦਾ ਅਗਲਾ ਸੀਨ ਸਟਾਰਟ ਹੁੰਦਾ ਹੈ ਤਾਂ ਉਹੀ ਅਖਬਾਰ ਚੇਂਜ ਹੋ ਕੇ ਪੰਜਾਬੀ ਜਾਗਰਣ ਬਣ ਜਾਂਦਾ ਹੈ। ਇਸ ਸੀਨ ਵਿੱਚ ਨੀਰੂ ਬਾਜਵਾ ਆਪਣੇ ਪੈਰ ਧੋ ਰਹੀ ਹੁੰਦੀ ਹੈ ਅਤੇ ਇਸ ਵਿੱਚ ਸਲਵਾਰ ਦਾ ਇੱਕ ਪੌਂਚਾ ਉੱਪਰ ਵੱਲ ਨੂੰ ਉੱਠਿਆ ਹੋਇਆ ਹੁੰਦਾ ਹੈ, ਪਰ ਅਗਲੇ ਸੀਨ ਵਿੱਚ ਦੋਨੋਂ ਪੌਂਚੇ ਬਰਾਬਰ ਹੋ ਜਾਂਦੇ ਹਨ। ਇੱਥੇ ਹੀ ਜਦੋਂ ਅਗਲਾ ਸੀਨ ਸਟਾਰਟ ਹੁੰਦਾ ਹੈ ਤਾਂ ਨੀਰੂ ਬਾਜਵਾ ਅਤੇ ਐਕਟਰ ਸਾਈਕਲ ਦੇ ਨਾਲ ਆ ਰਹੇ ਹੁੰਦੇ ਹਨ ਅਤੇ ਸਾਹਮਣੇ ਲੱਕੜ ਦੇ ਬਾਲੇ ਲੱਗੇ ਹੋਏ ਹੁੰਦੇ ਹਨ। ਪਰ ਜਦੋਂ ਵੀ ਐਂਗਲ ਚੇਂਜ ਹੁੰਦਾ ਹੈ ਤਾਂ ਸਾਈਕਲ ਨੀਰੂ ਬਾਜਵਾ ਦੇ ਹੱਥ ਵਿੱਚ ਆ ਜਾਂਦਾ ਹੈ ਅਤੇ ਉੱਥੋਂ ਲੱਕੜ ਵਾਲੇ ਬਾਲੇ ਵੀ ਗਾਇਬ ਹੋ ਜਾਂਦੇ ਹਨ। ਇਸ ਵਿੱਚ ਸਨ ਇੰਨੀਆਂ ਹੀ ਮਿਸਟੇਕ। ਹੁਣ ਸ਼ੁਰੂ ਕਰਦੇ ਹਾਂ ਚੈਲੇਂਜ ਸੌਂਗ ਦੀਆਂ ਮਿਸਟੇਕਸ। ਜਦੋਂ ਗਾਣਾ ਸਟਾਰਟ ਹੁੰਦਾ ਹੈ ਤਾਂ ਪਾਇਲਟ ਦੇ ਸਿਰ ਦੇ ਉੱਪਰ ਹੈਲਮਟ ਪਾਇਆ ਹੁੰਦਾ ਹੈ, ਪਰ ਜਦੋਂ ਨਿੰਜਾ ਹੈਲੀਕਾਪਟਰ 'ਚੋਂ ਬਾਹਰ ਆਉਂਦਾ ਹੈ ਤਾਂ ਹੈਲਮਟ ਗਾਇਬ ਹੋ ਜਾਂਦਾ ਹੈ। ਜਦੋਂ ਨਿੰਜਾ ਗੱਡੀ ਵਿੱਚ ਬਹਿੰਦਾ ਹੈ ਤਾਂ ਉਸਦੇ ਬਰਾਊਨ ਕਲਰ ਦੇ ਬੂਟ ਪਾਏ ਹੁੰਦੇ ਹਨ, ਪਰ ਜਦੋਂ ਗੱਡੀ ਦੇ ਵਿੱਚੋਂ ਉਤਰਦਾ ਹੈ ਤਾਂ ਉਸਦੇ ਬੂਟਾਂ ਦਾ ਕਲਰ ਬਲੈਕ ਹੋ ਜਾਂਦਾ ਹੈ ਅਤੇ ਉਸਦੇ ਕੱਪੜੇ ਵੀ ਚੇਂਜ ਹੋ ਜਾਂਦੇ ਹਨ। ਆਹ ਬਾਈ ਖਿੜਕੀ ਦੇ ਵਿੱਚ ਖੜ੍ਹਾ ਬਾਹਰ ਝਾਕ ਰਿਹਾ ਹੁੰਦਾ ਹੈ ਅਤੇ ਸਾਹਮਣੇ ਵਾਲੀ ਸਾਈਡ 'ਤੇ ਪਾਈਪਾਂ ਵਾਲਾ ਢੇਰ ਲੱਗਿਆ ਹੁੰਦਾ ਹੈ ਅਤੇ ਇੱਕ ਬੰਦੂਕ ਵਾਲਾ ਬੰਦਾ ਵੀ ਖੜ੍ਹਾ ਹੁੰਦਾ ਹੈ। ਪਰ ਅਗਲਾ ਹੀ ਸੀਨ ਸਟਾਰਟ ਹੋਣ ਦੇ ਨਾਲ ਡਾਇਰੈਕਸ਼ਨ ਵੀ ਚੇਂਜ ਹੋ ਜਾਂਦੀ ਹੈ ਅਤੇ ਉਹ ਆਦਮੀ ਬੰਦੂਕ ਵਾਲਾ ਵੀ ਗਾਇਬ ਹੋ ਜਾਂਦਾ ਹੈ। ਪਰ ਜਦੋਂ ਥੋੜ੍ਹਾ ਜਿਹਾ ਹੋਰ ਅੱਗੇ ਭੱਜਦਾ ਹੈ ਤਾਂ ਉਹੀ ਪਾਈਪਾਂ ਵਾਲੀ ਜਗ੍ਹਾ ਉੱਥੇ ਆ ਜਾਂਦੀ ਹੈ ਅਤੇ ਉਸਦੇ ਉਲਟ ਭੱਜ ਰਿਹਾ ਹੁੰਦਾ ਹੈ। ਇਹ ਉਹੀ ਜਗ੍ਹਾ ਹੈ ਜਿਸ ਵਿੱਚ ਖੜ੍ਹ ਕੇ ਇਹ ਝਾਕ ਰਿਹਾ ਹੁੰਦਾ ਹੈ। ਅਗਲੀ ਗਲਤੀ, ਜਦੋਂ ਬਾਈ ਨਿੰਜਾ ਇਸ ਬੰਦੇ ਦੀ ਟੋਪੀ ਲਾਉਂਦਾ ਹੈ ਤਾਂ ਉਸ ਉੱਪਰ ਇੱਕ ਟੈਗ ਲੱਗਿਆ ਹੁੰਦਾ ਹੈ, ਪਰ ਜਦੋਂ ਉਹੀ ਟੋਪੀ ਆਪਣੇ ਸਿਰ ਉੱਪਰ ਲੈਂਦਾ ਹੈ ਤਾਂ ਉਸ ਕੋਈ ਵੀ ਟੈਗ ਨਹੀਂ ਹੁੰਦਾ। ਇਹ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਮਨਪਸੰਦ ਵੀਡੀਓ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਉਹਨਾਂ ਦਾ ਨਾਮ ਮੈਂਸ਼ਨ ਕਰੋ ਅਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਲੇਟੈਸਟ ਤੋਂ ਲੇਟੈਸਟ ਵੀਡੀਓ ਮਿਲਦੀਆਂ ਰਹਿਣ। ਥੈਂਕ ਯੂ।